ਤੋਂ ਲੈ ਕੇ 10 ਕਿਲੋਮੀਟਰ ਤੱਕ ਰਨਿੰਗ ਕਰਦਾ ਸੀਗਾ। ਹੁਣ ਵੀ ਮੈਂ ਡੇਲੀ ਤਕਰੀਬਨ 5 ਕਿਲੋਮੀਟਰ ਰਨਿੰਗ ਮੈਂ ਰੋਜ਼ ਕਰਦਾ ਹੈਗਾ ਪਾਰਕ 'ਚ, ਨਹੀਂ 10-12 ਚੱਕਰ ਲਾਈਫ ਦਾ ਚੜ੍ਹਨ। ਡਿਸਿਪਲਿਨ ਹੈਗਾ ਉਹ ਤੁਹਾਨੂੰ ਸਪੋਰਟਸ ਤੋਂ ਮਿਲਿਆ ਹੈਗਾ? ਹਾਂ ਬਿਲਕੁਲ, ਦੋ ਇਹਨੇ ਇਨਸਾਨ ਮੇਰੀ ਲਾਈਫ 'ਚ, ਤਿੰਨ ਇਨਸਾਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਇੱਕ ਕੈਪਟਨ ਕਮਲਜੀਤ ਸਿੰਘ ਜੀ, ਦੂਸਰੇ ਸੁਖਵੀਰ ਸਿੰਘ ਜੀ ਬਾਦਲ ਸਾਹਿਬ, ਤੀਸਰਾ ਜਿਹੜਾ ਡਿਸਿਪਲਿਨ ਆ, ਇੰਸਟੀਟਿਊਸ਼ਨ ਕਹਿ ਦੇ ਸਕਦੇ ਹਾਂ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ। ਐਡੀ ਡਿਸਿਪਲਿਨ ਲਾਈਫ ਉਸ ਇਨਸਾਨ ਦੀ ਆ, ਮੈਂ ਕਹਿ ਸਕਦਾ ਕਿ ਇੱਕ ਇੱਕ ਮਿੰਟ ਪੂਰੀ ਲਾਈਫ ਦਾ ਉਹ ਸਦ ਉਪਯੋਗ ਕਰਦੇ ਆ। ਸਵੇਰੇ 5 ਵਜੇ ਉੱਠ ਕੇ, 4 ਵਜੇ ਉੱਠ ਕੇ ਸੈਰ ਕਰਨੀ, ਸਾਰਾ ਕੁਛ ਕਰਨਾ, 8 ਵਜੇ ਡਿਊਟੀ 'ਤੇ ਹਾਜ਼ਰ ਹੋ ਜਾਣਾ। ਜੇ ਤੁਹਾਨੂੰ 8 ਵਜੇ ਦਾ ਟਾਈਮ ਮਿਲਿਆ ਦਿੱਤਾ ਤਾਂ 5 ਮਿੰਟ ਪਹਿਲਾਂ ਉਹਨੇ ਰੈਡੀ ਹੋ ਕੇ ਤੁਹਾਡਾ ਇੰਤਜ਼ਾਰ ਕਰਨਾ, ਤੁਹਾਡੇ ਨਾਲ ਗੱਲ ਕਰਕੇ ਅਗਲੀ। ਇਹਨੇ ਤੁਸੀਂ ਦੇਖ ਲਿਓ ਵੀ ਐਡੀ ਜ਼ਬਰਦਸਤ ਉਹ ਇੰਸਟੀਟਿਊਸ਼ਨ ਆ, ਜੇ ਮੀਟਿੰਗ 15 ਮਿੰਟਾਂ ਦੀ ਹੈ ਨਾ, ਉਹਨਾਂ ਨੇ 13 ਮਿੰਟ 'ਚ ਰਿਜ਼ਲਟ ਓਰੀਐਂਟਡ ਮੀਟਿੰਗ ਕਰਕੇ 13 ਮਿੰਟ 'ਚ ਖਤਮ ਕਰ ਦੇਣੀ ਨੈਕਸਟ ਮੀਟਿੰਗ ਦਾ ਇੰਤਜ਼ਾਰ। ਇਹਨੀ ਉਹਨਾਂ ਦੀ ਕਦੇ ਵੀ ਮੀਟਿੰਗ 1 ਮਿੰਟ ਲੇਟ ਨਹੀਂ ਹੁੰਦੀ, 1 ਮਿੰਟ ਟਾਈਮ ਤੋਂ ਲੇਟ ਨਹੀਂ ਹੁੰਦੇ। ਔਰ ਜੋ ਸਤਿਕਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਕਿਸੇ ਇਨਸਾਨ ਨੂੰ ਦੇ ਸਕਦੇ ਆ, ਮੈਂ ਕਿਹਾ ਵਰਲਡ 'ਚ ਕੋਈ ਲੀਡਰ ਨਹੀਂ ਹੋਣਾ। ਇਹ ਦੇਖੋ ਵੀ ਉਹ ਹਿੰਦੁਸਤਾਨ ਦੇ ਸਭ ਤੋਂ ਸੀਨੀਅਰ ਲੀਡਰ ਆ। ਜੇ ਕੋਈ ਪਿੰਡ ਦਾ ਸਰਪੰਚ ਵੀ ਆ ਜੇ ਤਾਂ ਉਹਨਾਂ ਨੇ ਆਉਣਾ ਵੀ, ਆਓ ਜੀ ਸਰਪੰਚ ਸਾਹਿਬ ਬੈਠੋ, ਸੇਵਾ ਦੱਸੋ, ਆਓ ਜੀ ਮਿਨਿਸਟਰ ਸਾਹਿਬ, ਜਾਂ ਆਮ ਆਦਮੀ ਨੇ, ਹਾਂ ਜੀ ਕਾਕਾ ਜੀ। ਇਹਨੀ ਜਿੰਨੀ ਔਰ ਜੇ ਕਈ ਵਾਰੀ ਤਾਂ ਮੈਂ ਦੇਖਿਆ ਵੀ ਆਪਣੇ ਤੋਂ ਜੂਨੀਅਰ ਮਿਨਿਸਟਰਾਂ ਨੂੰ ਵੀ ਉਹ ਗੱਡੀ ਤੱਕ ਛੱਡ ਕੇ ਆਉਂਦੀ ਹੈ। ਇਹਨੇ ਇੰਨਾ ਹਲੀਮੀ, ਪਿਆਰ, ਡਿਸਿਪਲਿਨ, ਇਹ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੋਂ। ਪਰ ਤੁਸੀਂ ਆਪਣਾ ਜਿਹੜਾ ਪ੍ਰੋਜੈਕਟ ਹੈ ਆਪਣੀ ਦਾਦੀ ਦੇ ਨਾਮ ਰੱਖਿਆ, ਤਾਂ ਦਾਦੀ ਨਾਲ ਕੁਝ ਖਾਸ ਪਿਆਰ ਰਿਹਾ ਹੈਗਾ? ਅਸਲ 'ਚ ਪਰਮਾਤਮਾ ਦੀ ਇਹ ਬਖਸ਼ਿਸ਼ ਹੋਈ ਹੈ, ਨਹੀਂ ਮੈਂ ਇਹ ਕਹਿ ਸਕਦਾ ਕਿ ਜੋ ਮੁਕਾਮ ਮੈਨੂੰ ਅੱਜ ਹਾਸਲ ਹੋਇਆ ਉਹ ਸ਼ਾਇਦ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ। ਮੇਰੇ ਦਿਮਾਗ 'ਤੇ, ਮੇਰੇ ਬ੍ਰੇਨ 'ਤੇ, ਮੇਰੇ ਪੇਰੈਂਟਸ ਦਾ ਖਾਸ ਤੌਰ 'ਤੇ, ਮੇਰੀ ਦਾਦੀ ਦਾ ਜਿਹੜਾ ਬਹੁਤ ਵੱਡਾ ਕਹਿ ਲਓ ਵੀ ਇਫੈਕਟ ਕਹਿ ਲਓ, ਮਾਰਕਾ ਕਹਿ ਲਓ, ਇਹਨੀ ਉਹਨਾਂ ਦੀ ਛਾਪ ਆ। ਕਿਉਂਕਿ ਬਚਪਨ 'ਚ ਇੰਟਰਟੇਨਮੈਂਟ ਦੇ ਕੋਈ ਸਾਧਨ ਨਹੀਂ ਹੁੰਦੇ, ਅਤੇ ਜਦੋਂ ਮੈਂ ਲਾ ਲਓ ਤੁਸੀਂ ਵੀ 1ਲੀ 2ਰੀ ਜਾਂ 5ਵੀਂ ਕਲਾਸ 'ਚ, ਤਾਂ ਮੇਰੀ ਗ੍ਰੈਂਡ ਮਦਰ ਮੈਨੂੰ ਸਾਰੀਆਂ ਕਹਾਣੀਆਂ ਸੁਣਾਉਂਦੀ ਸੀਗੀ ਆਉਣ ਵਾਲੇ ਸਮੇਂ ਬਾਰੇ, ਪਿਛਲੇ ਬਾਰੇ। ਬਹੁਤ ਰਿਲੀਜੀਅਸ ਲੇਡੀ ਸੀਗੇ, ਜਿਨ੍ਹਾਂ ਦਾ ਮੈਂ ਕਹਿ ਸਕਦਾ ਕਿ ਮੇਰੀ ਕਾਮਯਾਬੀ 'ਚ ਮੇਰੇ ਮਾਂ ਬਾਪ, ਮੇਰੀ ਦਾਦੀ ਦਾ ਬਹੁਤ ਵੱਡਾ ਰੋਲ ਰਿਹਾ। ਸੋ ਇਹ ਪਰਮਾਤਮਾ ਦੀ ਕਿਰਪਾ ਹੈ, ਔਰ ਉਹਨਾਂ ਦੇ ਨਾਂ 'ਤੇ ਹੀ ਮੈਂ ਸਾਰੇ ਪ੍ਰੋਜੈਕਟ ਰੱਖੇ ਦਾ, ਮੇਰੀ ਗ੍ਰੈਂਡ ਮਦਰ ਸਾਵਿਤਰੀ ਦੇਵੀ ਔਰ ਮੇਰੀ ਮਦਰ ਰਕਸ਼ਾ ਦੇਵੀ, ਜਿਹੜੇ 2-3 ਸਾਲ ਪਹਿਲਾਂ ਐਕਸਪਾਇਰ, ਉਹਨਾਂ ਦੇ ਨਾਂ 'ਤੇ ਰਕਸ਼ਾ ਬਿਜ਼ਨਸ ਸੈਂਟਰ ਆ। ਸੋ ਮੈਂ ਮਹਿਸੂਸ ਕਰਦਾ ਕਿ ਜੋ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ, ਉਹਦੇ 'ਚ ਮੇਰੇ ਮਾਂ ਬਾਪ, ਪਰਿਵਾਰ, ਉਹਨਾਂ ਦੀ ਬੈਕਗਰਾਊਂਡ ਔਰ ਇਲਾਕੇ ਦੇ ਲੋਕਾਂ ਦਾ ਜਿਹੜਾ ਬਹੁਤ ਪਿਆਰ ਸਦਾ ਮਿਲਿਆ। ਇਸੇ ਕਰਕੇ ਮੇਰੇ ਸਾਰੇ ਪ੍ਰੋਜੈਕਟ ਜਿਹੜੇ ਮੇਰੇ ਪੇਰੈਂਟਸ ਦੇ ਨਾਂ 'ਤੇ, ਮੇਰੇ ਦਾਦੀ ਜੀ ਸਵਿਤਰੀ ਦੇਵੀ ਦੇ ਨਾਂ 'ਤੇ, ਉਹਨਾਂ ਦਾ ਬਹੁਤ ਵੱਡਾ ਰੋਲ ਨੇ। ਕਿਉਂਕਿ ਜੋ ਉਹਨਾਂ ਨੇ ਸ਼ੁਰੂ ਤੋਂ ਸੰਸਕਾਰ ਸਾਨੂੰ ਸੁਣਾਏ, ਇੱਕ ਇੱਕ ਚੀਜ਼, ਟਾਈਮ ਦੀ ਵੈਲਿਊ, ਸਮੇਂ ਦੀ ਵੈਲਿਊ, ਇਹਨੀ ਕਹਾਣੀਆਂ ਦੇ ਰੂਪ 'ਚ ਉਹਨਾਂ ਨੇ ਦੱਸ ਦੱਸ ਕੇ ਸਿਖਾਏ, ਉਹ ਅੱਜ ਤੱਕ ਲਾਈਫ 'ਚ ਜਿਹੜਾ ਕੰਮ ਆਇਆ ਨਹੀਂ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਕਿ ਜਿਹੜਾ ਪਿੰਡ ਆ ਨਾ ਸਾਡਾ ਪਿੰਡ, ਉਹ ਹਰੇਕ ਵਿਅਕਤੀ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਆ। ਕਿਸੇ ਕੋਈ ਚਾਚਾ ਆ, ਕੋਈ ਮਾਮਾ ਆ, ਕੋਈ ਤਾਇਆ ਆ, ਕੋਈ ਮਾਸੀ ਆ, ਕੋਈ ਭਾਬੀ ਆ, ਕੋਈ ਭੈਣ ਆ। ਇਹ ਜਿਹੜੇ ਰਿਸ਼ਤੇ ਕ੍ਰੀਏਟ ਕਰਨੇ ਸਿਖਾਏ ਆ, ਇਹਨੇ ਕੋਈ ਜਾਤ, ਧਰਮ, ਕਾਸਟ, ਸਭ ਚੀਜ਼ ਨੂੰ ਛੱਡ ਕੇ ਰਿਸ਼ਤੇ ਉੱਪਰ ਰੱਖੇ, ਇਹ ਸਾਡੇ ਮਾਂ ਬਾਪ ਦੀ ਦੇਣ ਸੀਗੀ। ਇਹਨੇ ਹਰੇਕ ਬੰਦੇ ਨੂੰ ਕਿਸੇ ਨੂੰ ਭਰਾ ਕਹਿ ਕੇ, ਕਿਸੇ ਨੂੰ ਭਾਬੀ, ਕਿਸੇ ਨੂੰ ਚਾਚੀ, ਕਿਸੇ ਨੂੰ ਮਾਮਾ, ਕਿਸੇ ਨੂੰ ਮਾਸਾ, ਇਹ ਰਿਸ਼ਤੇ ਜਦੋਂ ਅਡੋਪਟ ਹੋਏ, ਅੱਜ ਤੱਕ ਉਹ ਜਿਹੜੀ ਰਿਸ਼ਤਿਆਂ ਦੀ ਡੋਰ ਆ ਉਹ ਅੱਜ ਤੱਕ ਚੱਲੀ ਆ ਰਹੀ ਆ। ਮੈਨੂੰ ਕਦੇ ਵੀ, ਅੱਜ ਮੇਰੇ ਪਿੰਡ ਦੀ 25,000 ਵੋਟ ਆ, ਮੈਂ ਕਦੇ ਵੋਟ ਮੰਗਣ ਵੀ ਨਹੀਂ ਗਿਆ। ਇਹ ਸਿਰਫ ਉਹ ਰਿਸ਼ਤੇ ਸੀਗੇ ਜਿਹੜੇ ਅੱਜ ਤੱਕ ਚੱਲੇ ਆ ਰਹੇ ਆ। ਔਰ ਮੇਰੇ ਪਿੰਡ ਦੇ ਤੁਸੀਂ ਦੇਖੋ ਵੀ 5 MC ਬਣੇ ਆ ਇਸ ਵਾਰ, 5 ਬਿਨਾਂ ਮੁਕਾਬਲੇ ਤੋਂ ਬਣੇ ਆ, ਜਦਕਿ 4-4, 5-5 ਹਜ਼ਾਰ ਵੋਟ 1 MC ਦੀ ਹੁੰਦੀ ਹੈ। 11 MC ਜੀਰਕਪੁਰ 'ਚ ਅਨਪੋਧ ਜਿੱਤੇ, ਦੇਹਰਾਦੂਨ 'ਚ 19 ਦੇ 19 MC ਸਾਡੇ ਬਣੇ ਆ, ਲਾਲੜੂ 'ਚ 17 ਦੇ 17 MC ਸਾਡੇ ਬਣੇ ਆ। ਸੋ ਇਹ ਸਾਰੇ ਮੈਂ ਸਮਝਦਾ ਕਿ ਜਿਹੜੇ ਬਚਪਨ 'ਚ ਤੁਸੀਂ ਆਪਣੇ ਬੱਚਿਆਂ ਨੂੰ ਮੋਰਲ ਵੈਲਿਊਜ਼, ਸਮਾਜਿਕ ਕਦਰਾਂ ਕੀਮਤਾਂ ਸਿਖਾ ਦਿੰਦੇ ਆ, ਉਹ ਲਾਈਫ ਦੀ ਕਾਮਯਾਬੀ 'ਚ ਬਹੁਤ ਵੱਡਾ ਰੋਲ ਅੱਗੇ ਜਾ ਕੇ ਅਦਾ ਕਰਦੀਆਂ। ਜਿਹੜਾ ਮੈਂ ਸਮਝਦਾ ਕਿ ਉਹ ਖਜ਼ਾਨਾ ਜਿਹੜਾ ਮੈਨੂੰ ਬਚਪਨ 'ਚ ਮੇਰੇ ਪੇਰੈਂਟਸ ਤੋਂ ਮਿਲਿਆ, ਉਹ ਸਾਰੀ ਜ਼ਿੰਦਗੀ ਵਾਸਤੇ ਕਿਸੇ ਵੀ ਖਜ਼ਾਨੇ ਤੋਂ ਵੱਡਾ ਆ। ਇਹਨੇ ਪੈਸੇ ਨਾਲ ਤੁਸੀਂ ਉਹ ਖਜ਼ਾਨਾ ਜਿਹੜਾ ਖਰੀਦ ਨਹੀਂ ਸਕਦੇ। ਜੀ ਤੁਹਾਡੇ ਨਾਲ ਨਿੱਜੀ ਗੱਲਾਂ ਕਰਕੇ ਮਜ਼ਾ ਤਾਂ ਬੜਾ ਆ ਰਿਹਾ, ਪਰ ਅਸੀਂ ਜੇ ਅੱਜ ਦੇ ਪੰਜਾਬ ਦੇ ਹਾਲਾਤ 'ਤੇ ਆਈਏ, ਹੁਣ ਮੁੜ ਤੋਂ ਪੰਜਾਬ ਪ੍ਰੋਗਰੈਸਿਵ ਮੀਟ ਹੋਣ ਵਾਲੀ ਹੈਗੀ ਹੈ, ਅਤੇ ਅੱਜ ਤੁਸੀਂ ਉਹਦੇ ਬਾਰੇ ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਕਿ ਕਿਉਂਕਿ ਜੋ ਪਿਛਲੀ ਹੋਈ ਸੀ, ਜੋ ਦੁਨੀਆਂ ਨੂੰ ਇੰਪ੍ਰੈਸ਼ਨ ਹੈ ਕਿ ਉਹਦੇ ਵਿੱਚ ਇੰਨਾ ਸਕਸੈਸ ਨਹੀਂ ਮੰਨਦੇ ਹੈਗੇ ਹੈ, ਅਤੇ ਅੱਜ ਜੋ ਹਾਲਾਤ ਨੇ ਉਹ ਬਹੁਤ
डगमगाया पंजाब है। ਤੁਸੀਂ ਦੇਖੋ ਨਾ ਜੀ, ਅਸੀਂ ਤਕਰੀਬਨ ਸਾਨੂੰ 8 ਸਾਲ ਹੋ ਗਏ ਨੇ ਸਰਕਾਰ 'ਚ, ਸਾਡੀ ਸਰਕਾਰ ਬਣੀ ਨੂੰ। ਅਤੇ ਅਸੀਂ ਜਿਹੜਾ ਇਨਵੈਸਟਮੈਂਟ ਸਕੀਮ ਜਿਹੜਾ ਸਮਿਟ ਆ 2 ਸਾਲ ਪਹਿਲਾਂ ਜਿਹੜਾ ਅਸੀਂ ਕੀਤਾ ਸੀਗਾ, ਪਹਿਲਾ ਕੁਐਸਚਨ ਤਾਂ ਇਹ ਆਉਂਦਾ ਕਿ 6 ਸਾਲ ਅਸੀਂ ਪਹਿਲਾਂ ਇਨਵੈਸਟਮੈਂਟ ਸਬਮਿਟ ਕਿਉਂ ਨਹੀਂ ਕੀਤੇ। ਪਹਿਲੀ ਗੱਲ ਹੈ ਕਿ ਜਿਸ ਦਿਨ ਅਸੀਂ ਟੇਕ ਓਵਰ ਕੀਤਾ, ਜੇ ਆਪਾਂ ਪੰਜਾਬ 'ਤੇ ਝਾਤੀ ਮਾਰੀਏ ਥੋੜ੍ਹੀ ਜਿਹੀ, ਤਾਂ ਉਸ ਟਾਈਮ ਜਿਹੜੀ ਬਿਜਲੀ ਪੰਜਾਬ 'ਚ 6200 ਮੈਗਾਵਾਟ ਯੂਨਿਟ ਸੀਗੀ, ਯਾਨੀ 27% ਬਿਜਲੀ ਜਿਹੜੀ ਪੰਜਾਬ 'ਚ ਡੈਫਿਸਿਟ ਸੀਗੀ ਉਸ ਟਾਈਮ ਦੀ ਡਿਮਾਂਡ ਦੇ ਅਨੁਸਾਰ। ਨੰਬਰ 1, ਰੋਡ ਨੈਟਵਰਕ ਸਾਡਾ ਸਭ ਤੋਂ ਮਾੜਾ ਸੀਗਾ ਪੰਜਾਬ 'ਚ। ਕਨੈਕਟੀਵਿਟੀ, ਅਸੀਂ ਪੋਰਟ ਤੋਂ ਬਹੁਤ ਦੂਰ ਹਾਂ, ਯਾਨੀ ਮਾਲ ਬਾਹਰ ਤੋਂ ਲਿਆਉਂਦੇ ਹਾਂ, ਸਾਡੇ ਜਿਹੜੇ ਇੰਡਸਟਰੀਅਲਿਸਟ ਆ ਬਾਹਰ ਹੀ ਤਿਆਰ ਕਰਕੇ ਭੇਜ ਦਿੰਦੇ ਹਾਂ, ਸਾਡੀ ਬੈਡ ਕਨੈਕਟੀਵਿਟੀ। ਐਡਮਿਨਿਸਟ੍ਰੇਟਿਵ ਰਿਫੋਰਮਸ ਐਸੇ ਸੀਗੇ ਕਿ ਕੋਈ ਬੰਦਾ ਜੇ ਐਪਲੀਕੇਸ਼ਨ ਦੇ ਦਿੰਦਾ ਤਾਂ 23 ਡਿਪਾਰਟਮੈਂਟਾਂ ਤੋਂ ਕਲੀਅਰੈਂਸ ਹੁੰਦੀ ਸੀ, ਅਪਰੂਵਲ ਹੀ ਨਹੀਂ ਆਉਂਦੀ ਸੀਗੀ। ਫਾਈਨਾਂਸ 'ਚ GDP ਦਾ 49% ਜਿਹੜਾ ਸਾਡੇ 'ਤੇ ਡੈਟ ਸੀਗਾ, GDP ਰੇਸ਼ੋ ਦਾ ਡੈਟ ਸੀਗਾ, ਇਹ ਸਾਨੂੰ ਵਿਰਾਸਤ 'ਚ ਮਿਲਿਆ। ਜੇ ਅਸੀਂ ਉਸ ਟਾਈਮ ਇੰਡਸਟਰੀਅਲਿਸਟ ਨੂੰ ਅਟੈਕਟ ਕਰਨ ਵਾਸਤੇ ਜਾਂਦੇ, ਕਿਸੇ ਇੰਡਸਟਰੀਅਲਿਸਟ ਨੇ ਸਾਡੇ ਕੋਲ ਨਹੀਂ ਜਾਣਾ ਸੀਗਾ। ਅਸੀਂ ਪਲਾਨ ਬਣਾਇਆ ਕਿ ਅਸੀਂ ਕਿਸ ਤਰ੍ਹਾਂ ਇੰਡਸਟਰੀਅਲਿਸਟ ਨੂੰ ਪੰਜਾਬ 'ਚ ਇਨਵਾਈਟ ਕਰੀਏ, ਅਤੇ ਸੈਕਟਰ ਵਾਈਜ਼ ਅਸੀਂ ਪਲੈਨਿੰਗ ਕੀਤੀ। ਅੱਜ ਪੰਜਾਬ 'ਚ ਸਾਡੇ ਕੋਲ ਬਿਜਲੀ 11,664 ਮੈਗਾਵਾਟ ਸਾਡੇ ਕੋਲ ਬਿਜਲੀ ਜਿਹੜੀ ਪੰਜਾਬ 'ਚ ਇਸ ਟਾਈਮ ਜਨਰੇਟਡ ਆ, ਜਿਹਦੇ 'ਚ ਤੁਸੀਂ ਦੇਖੋ ਵੀ ਸਿਰਫ 3 ਮਹੀਨੇ ਸਾਨੂੰ ਪੂਰੀ ਬਿਜਲੀ ਦੀ ਲੋੜ ਪੈਂਦੀ ਹੈ ਧਾਨ ਦੇ ਸੀਜ਼ਨ 'ਚ, ਉਸ ਤੋਂ ਇਲਾਵਾ ਸਾਡੇ ਕੋਲ 4000 ਮੈਗਾਵਾਟ ਬਿਜਲੀ ਜਿਹੜੀ ਉਹ ਸਰਪਲਸ ਹੈਗੀ ਹੈ। ਨੰਬਰ 1 ਬਿਜਲੀ 'ਚ, ਇਨਫਰਾਸਟ੍ਰਕਚਰ 'ਚ ਅਸੀਂ ਹਿੰਦੁਸਤਾਨ 'ਚ ਸਾਡੀ ਜਿਹੜੀ ਸਟੇਟ ਆ ਉਹ 3rd ਨੰਬਰ 'ਤੇ ਇਨਫਰਾਸਟ੍ਰਕਚਰ 'ਚ ਐਲਾਨੀ ਗਈ ਆ। ਆਫਟਰ 1.5 ਈਅਰ ਪੰਜਾਬ ਦਾ ਕੋਈ ਵੀ ਸ਼ਹਿਰ ਇਸ ਤਰ੍ਹਾਂ ਦਾ ਨਹੀਂ ਹੋਣਾ ਜਿੱਥੇ 6 ਲੇਨ ਜਾਂ 4 ਲੇਨ ਕਨੈਕਟੀਵਿਟੀ ਨਾ ਹੋਵੇ। 24,000 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਹੋ ਕੇ ਟੈਂਡਰ ਅਲੋਟਡ ਆ, ਕੰਮ ਡਿਫਰੈਂਟ ਸਟੇਜਿਸ 'ਤੇ ਜਿਹੜਾ ਚੱਲ ਰਿਹਾ। ਇੰਨੀ ਤੁਸੀਂ ਕਿਸੇ ਸਟੇਟ 'ਚ ਚਲੇ ਜਾਓ, ਸ਼ਹਿਰ ਤੋਂ ਤੁਸੀਂ ਜੇ 10 ਕਿਲੋਮੀਟਰ ਅੰਦਰ ਚਲੇ ਜਾਓ ਤੁਹਾਨੂੰ ਰੋਡਾਂ ਨਜ਼ਰ ਨਹੀਂ ਆਉਣਗੀਆਂ। ਇੰਨੀ ਅਸੀਂ ਰੋਡ ਕਨੈਕਟੀਵਿਟੀ, ਔਰ ਨੌਰਥ ਇੰਡੀਆ 'ਚ ਸਭ ਤੋਂ ਵੱਧ ਜਿਹੜੇ ਓਵਰ ਬ੍ਰਿਜ ਰੇਲਵੇ ਦੇ ਬਣੇ, ਅੰਡਰ ਬ੍ਰਿਜ 48, ਉਹ ਪੰਜਾਬ 'ਚ ਬਣੇ, 17,000 ਕਰੋੜ ਰੁਪਏ ਪਿੱਛੇ ਖਰਚ ਕਰਿਆ। ਸਿਰਫ 3 ਸਾਡੀ ਮੇਨ ਹਾਈਵੇਜ਼ 'ਤੇ ਓਵਰ ਬ੍ਰਿਜ ਜਿਹੜੇ ਬਣਨੇ ਬਾਕੀ ਆ, ਉਹ ਮੇਰੇ ਖਿਆਲ ਇਸ ਸਾਲ ਦੇ ਐਂਡ ਤੱਕ ਕੰਪਲੀਟ ਹੋ ਜਾਣੇ। ਨੌਰਥ ਇੰਡੀਆ 'ਚ ਨੰਬਰ 1 'ਤੇ ਪੰਜਾਬ ਰਿਹਾ ਹੈਗਾ। ਫਿਰ ਐਡਮਿਨਿਸਟ੍ਰੇਟਿਵ ਰਿਫੋਰਮਸ ਕਮਿਸ਼ਨ ਅਸੀਂ ਪੰਜਾਬ 'ਚ ਬਣਾਇਆ। ਜੇ ਮੈਂ ਛੋਟੀ ਜਿਹੀ ਤੁਹਾਨੂੰ ਗੱਲ ਦੱਸਾਂ ਕਿ ਪੰਜਾਬ 'ਚ ਮੰਨ ਲਓ ਕੋਈ ਕੈਮੀਕਲ ਇੰਡਸਟਰੀ ਲਾਉਂਦਾ ਹੈਗਾ, ਉੱਥੇ ਬਾਇਲਰ ਜਿਹੜਾ ਫਿੱਟ ਹੁੰਦਾ ਹੈਗਾ, ਜਦ ਤੱਕ ਕੋਈ ਇੰਸਪੈਕਟਰ ਉਹਨੂੰ ਸਰਟੀਫਾਈ ਨਹੀਂ ਕਰਦਾ ਤਾਂ ਵੀ ਫਿੱਟ ਫੋਰ ਰਨ ਹੈਗਾ, ਤਦ ਤੱਕ ਉਹ ਫੈਕਟਰੀ ਨਹੀਂ ਚੱਲ ਸਕਦੀ। ਜਦਕਿ ਇੰਸਪੈਕਟਰ ਪੜ੍ਹਿਆ ਹੋਇਆ ਅੱਜ ਤੋਂ 20 ਸਾਲ ਪਹਿਲਾਂ ਦਾ, ਅਤੇ ਬੋਇਲਰ ਜਿਹੜਾ ਲੱਗਿਆ ਗਿਆ ਅੱਜ ਦੀ ਟੈਕਨੋਲੋਜੀ ਨਾਲ ਲੱਗਿਆ ਹੋਇਆ। ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਇੰਸਪੈਕਟਰਾਂ ਦੀਆਂ ਪੋਸਟਾਂ ਜਿਹੜੀਆਂ ਖਤਮ ਕੀਤੀਆਂ। MVI ਆ, ਹੁਣ ਗੱਡੀ ਮੰਨ ਲਓ ਮਸਤੀ 'ਚ ਲਈ ਹੈਗੀ, ਜਦ ਤੱਕ ਉਹਨੇ ਫਿੱਟ ਫੋਰ ਰਨ ਨਹੀਂ ਦੇਣਾ ਗੱਡੀ ਸੜਕ 'ਤੇ ਨਹੀਂ ਆ ਸਕਦੀ। ਅਸੀਂ MVI ਦੀ ਪੋਸਟ ਅਬੋਲਿਸ਼ ਕੀਤੀ ਹੈ। ਇਸ ਤਰ੍ਹਾਂ ਅਸੀਂ ਪੂਰਾ ਕਮਿਸ਼ਨ ਬਣਾ ਕੇ ਨਾ ਜੀ ਕਾਨੂੰਨ ਖਤਮ ਕਰਨ ਵਾਸਤੇ ਇੱਕ ਕਮਿਸ਼ਨ ਬਣਾਇਆ, ਇੰਸਪੈਕਟਰੀ ਰਾਜ ਪੰਜਾਬ 'ਚ ਖਤਮ ਕਰਿਆ। ਫਿਰ ਹਿੰਦੁਸਤਾਨ 'ਚ ਪਹਿਲੀ ਸਰਕਾਰ ਪੰਜਾਬ ਸਰਕਾਰ ਆ ਜਿਹਨੇ ਸਿੰਗਲ ਵਿੰਡੋ ਨਹੀਂ ਸਿੰਗਲ ਮੈਨ ਸਿਸਟਮ ਕੀਤਾ। 23 ਡਿਪਾਰਟਮੈਂਟ ਪੰਜਾਬ 'ਚ ਸੀਗੇ, ਅਸੀਂ 23 ਦੀ ਪਾਵਰਾਂ ਕੈਬਨਿਟ 'ਚ ਪਾਸ ਕਰਕੇ ਇੱਕ ਪ੍ਰਿੰਸੀਪਲ ਸੈਕਟਰੀ ਨੂੰ ਦੇ ਕੇ ਉਹਨੂੰ CO ਲਾਇਆ। ਅੱਜ ਜੇ ਤੁਸੀਂ ਮੰਨ ਲਓ ਪੰਜਾਬ 'ਚ ਕੋਈ ਇੰਡਸਟਰੀ ਲਾਉਣੀ ਆ, ਤੁਸੀਂ ਔਨਲਾਈਨ ਸਾਡੇ ਜਿਹੜਾ investpanjab.co.in ਤੇ ਤੁਸੀਂ ਐਪਲੀਕੇਸ਼ਨ ਪਾ ਦਿਓ। ਵਿਦਇਨ 30 ਡੇਜ਼ ਦਾ ਸਾਡਾ ਟਾਰਗੇਟ ਆ। ਅਜੇ ਤੱਕ ਜਿੰਨੀਆਂ ਐਪਲੀਕੇਸ਼ਨਾਂ ਸਾਡੇ ਕੋਲ 210 ਰਿਸੀਵ ਹੋਈਆਂ ਸੀਗੀ, 166 ਜਿਹੜੀ ਵੈਲਿਡ ਸੀਗੀਆਂ, ਉਹ ਅਸੀਂ 38 ਡੇਜ਼ 'ਚ ਕਲੀਅਰੈਂਸ ਦਿੱਤੀ ਆ। 23 ਡਿਪਾਰਟਮੈਂਟਾਂ ਦੇ ਸਾਈਨ, ਇਕੱਲਾ ਇੱਕ ਸੈਕਟਰੀ ਸਾਡਾ ਕਰਕੇ ਦੇ ਦਿੰਦਾ, ਜਿਹਨੂੰ ਪਾਵਰਾਂ ਸੈਕਟਰੀ, ਫੋਰੈਸਟ ਸੈਕਟਰੀ, ਹਾਊਸਿੰਗ ਸੈਕਟਰੀ, ਪੋਲਿਊਸ਼ਨ ਸੈਕਟਰੀ, ਐਕਸਾਈਜ਼, ਸਾਰੀਆਂ ਪਾਵਰਾਂ ਇੱਕ ਸੈਕਟਰੀ ਨੇ ਦਿੱਤੀਆਂ। ਇਹ ਮਾਡਲ ਸਾਡਾ ਸੈਂਟਰ ਗਵਰਨਮੈਂਟ, ਇਹ ਸੁਧਾਰ, ਇਸ ਕਰਕੇ ਮੈਂ ਦੱਸਿਆ ਪਹਿਲਾਂ ਅਸੀਂ ਇਹ ਸਾਰੇ ਸੁਧਾਰ ਕੀਤੇ, ਫਿਰ ਅਸੀਂ ਆਪਣੇ ਆਪ ਨੂੰ ਮਾਰਕੀਟ 'ਚ ਜਾ ਕੇ ਸੈੱਲ ਕੀਤਾ। ਆਈ ਬਿਲੀਵ ਤੁਹਾਡੀ ਲੰਬੀ ਸੋਚ ਹੈਗੀ ਹੈ, ਬਟ ਜਿਹੜੀ ਹੁਣ ਇਸ ਸਾਲ ਐਸੋਚੈਮ ਦੀ ਰਿਪੋਰਟ ਆਈ ਹੈਗੀ ਹੈ, ਉਹਦੇ ਵਿੱਚ ਇਹ ਗਿਆ ਕਿ ਪੰਜਾਬ ਨੇ ਇੰਨੀ ਡਿਲੇ ਕਰਤੀ ਹੈ ਇਨਵੈਸਟਮੈਂਟ ਕਰਨ ਵਿੱਚ ਕਿ ਹੁਣ ਜਿੱਥੇ ਸਾਰੇ ਦੇਸ਼ ਦੇ ਹਰ ਰਾਜ ਵਿੱਚ 40% ਤੋਂ ਵੱਧ ਵਾਧਾ ਹੋ ਰਿਹਾ ਇਨਵੈਸਟਮੈਂਟ ਵਿੱਚ, ਪੰਜਾਬ ਵਿੱਚ ਘਟਿਆ ਹੈਗਾ। ਮਤਲਬ 2014-2013 ਅਤੇ 2014-2015 ਵਿੱਚ ਪੰਜਾਬ ਵਿੱਚ ਇਨਵੈਸਟਮੈਂਟ ਬਹੁਤ ਘਟੀ ਹੈ, 76,000 ਤੋਂ 26,000। ਤੁਹਾਨੂੰ ਸ਼ਾਇਦ ਫਿਗਰਸ ਨਹੀਂ ਐਕਚੁਅਲੀ, ਜਿਹੜੇ ਅਸੀਂ ਸੁਧਾਰ ਇਹ ਸਾਰੇ ਕੀਤੇ ਹਾਂ, ਅਸੀਂ
हिंदुस्तान च पूरे वर्ल्ड में कभी